ਦੇਸ਼ ਭਰ ਦੇ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲੋਕਡਾਊਨ 14 ਤਰੀਕ ਤੱਕ ਦਾ ਕੀਤਾ ਗਿਆ, ਜਿਸ ਦੇ ਚੱਲਦਿਆਂ ਪੰਜਾਬ ਦੇ ਵਿੱਚ ਵੀ 31 ਮਾਰਚ ਤੋਂ ਲੈ ਕੇ 14 ਤਰੀਕ ਤੱਕ ਕਰਫਿਊ ਨੂੰ ਵਧਾ ਦਿੱਤਾ ਗਿਆ। ਅਤੇ ਹੁਣ ਨਜ਼ਾਰਾ ਇਹ ਹੈ ਪੰਜਾਬ ਦਾ ਕਿ ਜਿਹੜੇ ਲੋਕ ਇਸ ਕਰਫਿਊ ਦੀ ਢਿੱਲ ਨੂੰ ਮਾਣ ਰਹੇ ਸੀ, ਇੰਜੋਏ ਕਰ ਰਹੇ ਸੀ, ਉਸ ਦੇ ਉੱਤੇ ਲਗਾਮ ਕੱਸਣ ਲਈ ਪ੍ਰਸ਼ਾਸਨ ਕਾਫੀ ਸਖਤ ਹੋ ਚੁੱਕਾ ਹੈ। ਕਾਫੀ ਲੋਕਾਂ ਦੇ ਪਾਸਿਸ ਰੱਦ ਵੀ ਕੀਤੇ ਗਏ ਨੇ, ਚਲਾਣ ਵੀ ਹੋਏ ਨੇ 188, ਯਾਨੀ ਕਿ ਕਰਫਿਊ ਨੂੰ ਤੋੜਨ ਦੇ ਜਿਹੜੇ ਰੂਲ ਨੇ ਉਸ ਦੇ ਦੌਰਾਨ ਕੋਈ ਬਾਹਰ ਨਿਕਲਦਾ, ਕਰਫਿਊ ਦੇ ਦੌਰਾਨ ਜੇਕਰ ਕੋਈ ਬਾਹਰ ਨਿਕਲਦਾ ਤਾਂ ਉਸਦਾ ਚਲਾਣ ਵੀ ਕੀਤਾ ਜਾ ਰਿਹਾ, ਉਸ ਦੇ ਉੱਤੇ ਪਰਚੇ ਵੀ ਹੋ ਰਹੇ ਨੇ 188 ਦੇ। ਅਤੇ ਇਸ ਵੇਲੇ ਅਸੀਂ ਮੌਜੂਦ ਹਾਂ ਜਲੰਧਰ ਕੈਂਟ ਦੇ ਵਿੱਚ। ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕਿੰਨੀ ਜ਼ਿਆਦਾ ਸਖਤੀ ਹੋ ਚੁੱਕੀ ਹੈ। ਅਤੇ ਸਾਡੇ ਨਾਲ ਮੌਜੂਦ ਨੇ ਜਲੰਧਰ ਕੈਂਟ ਤੋਂ SHO ਰਾਮਪਾਲ ਜੀ, ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕੀ ਤਰੀਕਾ ਹੈ ਅਤੇ ਕਿੰਨੀ ਸਖਤੀ ਕਿਸ ਤਰੀਕੇ ਦੇ ਨਾਲ ਵਧਾਈ ਗਈ ਹੈ। ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਹੁਣ ਜਿਹੜੀ ਸਖਤੀ ਦੁਬਾਰਾ ਵਧਾਈ ਗਈ ਹੈ ਕਰਫਿਊ ਨੂੰ ਲੈ ਕੇ, ਉਸਦੇ ਵਿੱਚ ਕੀ ਹਦਾਇਤਾਂ ਨੇ ਲੋਕਾਂ ਲਈ? ਦੇ ਵਿੱਚ ਕਰਫਿਊ ਦੌਰਾਨ ਕਿਸੇ ਨੂੰ ਵੀ ਮੋਟਰਸਾਈਕਲ ਸਕੂਟਰ ਲਿਆਉਣ ਦੀ ਬਾਹਰ ਆਗਿਆ ਨਹੀਂ ਹੈ, ਅਤੇ ਕਰਫਿਊ ਲੱਗਾ ਹੋਇਆ ਲੋਕ ਘਰਾਂ ਦੇ ਵਿੱਚ ਬੰਦ ਆ, ਅਤੇ ਲੋਕਾਂ ਨੇ ਸਾਨੂੰ ਕਾਫੀ ਸਹਿਯੋਗ ਦਿੱਤਾ ਅਤੇ ਅਸੀਂ ਵੀ ਉਹਨਾਂ ਦੀ ਜਿਹੜੀ ਹਰ ਸਮੱਸਿਆ ਦਾ ਹੱਲ ਕਰ ਰਹੇ ਹਾਂ ਔਰ ਕੀਤਾ ਜਾਵੇਗਾ। ਅਤੇ ਅਸੀਂ ਲੋਕਾਂ ਨੂੰ ਫਿਰ ਅਪੀਲ ਕਰਦੇ ਹਾਂ ਵੀ ਆਪਣੇ ਘਰਾਂ ਦੇ ਵਿੱਚ ਰਹੋ ਤਾਂ ਜੋ ਜਿਹੜੀ ਬਿਮਾਰੀ ਆ ਇਹ 'ਤੇ ਕਾਬੂ ਪਾਇਆ ਜਾ ਸਕੇ। ਇਹ ਕੁਛ ਲੋਕਾਂ ਨੇ ਇਹਨੂੰ ਗੰਭੀਰਤਾ ਨਾਲ ਨਹੀਂ ਲਿਆ, ਅਸੀਂ ਫਿਰ ਅਪੀਲ ਕਰਦੇ ਹਾਂ ਬਹੁਤ ਭਿਆਨਕ ਬਿਮਾਰੀ ਆ, ਆਪਣੇ ਆਪ ਨੂੰ ਆਪਣੇ ਘਰਾਂ ਵਿੱਚ ਬੰਦ ਰੱਖੋ, ਅਸੀਂ ਉਹਨਾਂ ਦੀ ਹਰ ਸਮੱਸਿਆ ਦਾ ਹੱਲ ਕਰਨ ਨੂੰ ਤਿਆਰ ਹਾਂ। ਅਤੇ ਇਸ ਦੇ ਦੌਰਾਨ ਕਿਹੜੇ ਲੋਕ ਨੇ ਜਾਂ ਕਿੰਨੇ ਕੁ ਚਲਾਨ ਅੱਜ ਦਾ ਤੁਸੀਂ ਸਵੇਰ ਦੇ ਕਰ ਚੁੱਕੇ ਹੋ ਜਿਹੜੇ ਕਰਫਿਊ ਹੋਣ ਦੇ ਬਾਵਜੂਦ ਬਾਹਰ ਨਿਕਲ ਆਉਂਦੇ ਨੇ? ਚਲਾਨ ਅਸੀਂ 12-13 ਅੱਜ ਕਰ ਦਿੱਤੇ ਆ, 188 ਦੇ ਪਰਚੇ ਵੀ ਦਿੱਤੇ ਆ, ਔਰ ਇਹ ਜਿਹੜੇ ਗੰਭੀਰਤਾ ਨਾਲ ਨਹੀਂ ਲੈਂਦੇ ਉਹਨਾਂ ਨੂੰ ਜਿਹੜੀ ਸਖਤੀ ਉਹਨਾਂ 'ਤੇ ਕਰਨੀ ਜ਼ਰੂਰੀ ਬਣਦੀ ਆ ਔਰ ਕੀਤੀ ਵੀ ਜਾ ਰਹੀ ਆ। ਇਸ ਦੇ ਨਾਲ ਖਾਸ ਚੀਜ਼ ਇਹ ਹੈ ਕਿ ਕਿਹਨੂੰ ਇੱਥੋਂ ਨਿਕਲਣ ਦੀ ਜਾਂ ਕਿਹੜੇ ਵਹੀਕਲ ਨੂੰ ਕਿਹੜੇ ਸ਼ਖਸ ਨੂੰ ਇੱਥੋਂ ਨਿਕਲਣ ਦਿੱਤਾ ਜਾਏਗਾ, ਕਿਹਨਾਂ ਦੇ ਪਾਸਿਸ ਵੈਲਿਡ ਨੇ ਅਤੇ ਕਿੰਨੀ ਦੇਰ ਤੱਕ ਵੈਲਿਡ ਨੇ, ਕਿਹੜੇ ਬੇਸ ਦੇ ਉੱਤੇ ਤੁਸੀਂ ਉਹਨਾਂ ਨੂੰ ਜਾਣ ਦਿੰਦੇ ਹੋ? ਜਿਹੜੇ ਕੋਈ ਡਾਕਟਰ ਨੇ ਜ਼ਰੂਰੀ ਸੇਵਾਵਾਂ ਦੇ ਲਈ ਪਾਸ ਜਾਰੀ ਕੀਤੇ ਗਏ ਨੇ ਉਹਨਾਂ ਨੂੰ ਅਸੀਂ ਅਲਾਓ ਕਰਦੇ ਹਾਂ, ਉਹਨਾਂ ਨੂੰ ਅਲਾਓ ਕਰਦੇ ਹਾਂ। ਹੋਰ ਕਿਸੇ ਨੂੰ ਜਿਹੜਾ ਕੋਈ ਜਿੱਦਾਂ ਡਿਊਟੀ ਕਿਤੇ ਹੋਰ ਆ, ਤੁਰਿਆ ਕਿਤੇ ਹੋਰ ਫਿਰਦਾ, ਉਹਨਾਂ ਦੇ ਅਸੀਂ ਜਿਹੜੇ ਪਾਸ ਕੈਂਸਲ ਕਰਨ ਲਈ ਵੀ ਲਿਖੀ ਭੇਜ ਰਹੇ ਹਾਂ। ਅਤੇ ਇੱਕ ਵੱਡੀ ਗੱਲ ਤੁਸੀਂ ਕਹੀ ਹੈ ਕਿ ਪਾਸਿਸ ਕੈਂਸਲ ਕਰਨ ਲਈ ਵੀ ਭੇਜ ਰਹੇ ਹੋ, ਇਹ ਕਿਸ ਤਰੀਕੇ ਨਾਲ ਚੈੱਕ ਕਰਦੇ ਹੋ ਵੀ ਕਿਹੜਾ ਬੰਦਾ ਕਿਹੜੀ ਡਿਊਟੀ 'ਤੇ ਹੋਣਾ ਚਾਹੀਦਾ? ਉਹਨੂੰ ਅਸੀਂ ਸਵਾਲ ਕਰਦੇ ਹਾਂ ਵੀ ਤੇਰੀ ਡਿਊਟੀ ਕਿੱਥੇ ਆ, ਕਿੰਨੇ ਵਜੇ ਸਟਾਰਟ ਆ। ਜੇ ਮੰਨ ਲਓ ਬੰਦਾ ਕਾਰਪੋਰੇਸ਼ਨ ਵਿੱਚ ਡਿਊਟੀ ਕਰਦਾ ਆ ਅਤੇ ਉਹ 12 ਵਜੇ ਕੈਂਟ ਤੁਰਿਆ ਫਿਰਦਾ ਅਤੇ ਡਿਊਟੀ ਉਹਦੀ 9-5 ਆ, ਉਹ ਤਾਂ ਅਨਲੀਗਲੀ ਕੰਮ ਆ। ਉਹ ਤਾਂ ਮਤਲਬ ਜਿਹੜੇ ਪਾਸ ਆ ਉਹਨਾਂ ਨੂੰ ਡਿਊਟੀ ਲਈ ਦਿੱਤੇ ਗਏ, ਨਾ ਕਿ ਘੁੰਮਣ ਫਿਰਨ ਲਈ। ਅਸੀਂ ਫਿਰ ਵੀ ਇਹਨਾਂ ਨੂੰ ਜਿਹਨਾਂ ਕੋਲ ਪਾਸ ਆ ਉਹਨਾਂ ਵੀ ਅਪੀਲ ਕਰਦੇ ਹਾਂ, ਜਿੱਥੇ ਤੁਹਾਡੀ ਇਹ ਪਾਸ ਜਿਹੜੇ ਤੁਹਾਨੂੰ ਡਿਊਟੀ ਲਈ ਦਿੱਤੇ ਗਏ ਆ, ਲੋਕਾਂ ਦੀ ਸੇਵਾ ਕਰਨ ਲਈ ਦਿੱਤੇ ਗਏ ਆ, ਅਤੇ ਲੋਕਾਂ ਦੀ ਸੇਵਾ ਕਰੋ। ਇਸੇ ਦੇ ਨਾਲ ਅੱਜ ਜਲੰਧਰ ਦੇ ਵਿੱਚ ਜਿਹੜੀ ਹੈ CRPF ਵੀ ਲਾ ਦਿੱਤੀ ਗਈ ਹੈ, ਆਰਮੀ ਦੀ ਵੀ ਸਹਾਇਤਾ ਲਿੱਤੀ ਗਈ ਹੈ ਤਾਂ ਜੋ ਲੋਕ ਸੜਕਾਂ 'ਤੇ ਨਾ ਨਿਕਲਣ ਜਾਂ ਆਪਣੇ ਘਰੋਂ ਵੀ ਬਾਹਰ ਨਾ ਨਿਕਲਣ, ਉਹਦੇ ਬਾਰੇ ਤੁਸੀਂ ਕੀ ਗੱਲ ਕਹੋਗੇ? ਕੁਛ ਇੱਕ ਭੀੜ ਭੜੱਕੇ ਵਾਲੀ ਜਗ੍ਹਾ ਸੀ ਜਿੱਥੇ ਲੋਕ ਜਿੱਦਾਂ ਹੋਲਸੇਲ ਦੀਆਂ ਦੁਕਾਨਾਂ ਦਿਲਕੁਸ਼ਾ ਮਾਰਕੀਟ ਆ, ਉੱਥੇ ਜਿਹੜੇ ਪਰਚੂਨ ਦੀ ਜਿਹੜੀ ਦਵਾਈ ਲੈਣ ਲਈ ਲੋਕ ਚਲੇ ਜਾਂਦੇ ਆ, ਜਿੱਥੇ ਕਿ ਉਹ ਹੋਲਸੇਲ ਦੀ ਦਵਾਈ ਦਿੰਦੇ ਨੇ। ਇੱਦਾਂ ਹੀ ਸਬਜ਼ੀ ਮੰਡੀ ਆ, ਇੱਦਾਂ ਹੀ ਮਾਡਲ ਟਾਊਨ ਆ, ਉੱਥੇ ਲੋਡ ਫੋਰਸ ਨੂੰ ਘੱਟ ਹੋਣ ਕਰਕੇ ਜਿਹੜੀ ਜਾਂ ਲੋਕਾਂ 'ਤੇ ਸਖਤੀ ਕਰਨ ਲਈ ਜਿਹੜੀ ਫੋਰਸ CRPF ਥੋੜ੍ਹੀ ਬਹੁਤੀ ਲਾਈ ਗਈ ਆ। ਅਤੇ ਆਖਰੀ ਚੀਜ਼ ਇਹ ਰਹੇਗੀ ਕਿ ਜਦੋਂ ਕੋਈ ਵੀ ਬਾਹਰ ਆਉਂਦਾ ਹੈ ਜਾਂ ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਲੋਕ ਘਰ ਦੇ ਬਾਹਰ ਨਿਕਲ ਕੇ ਖੜ੍ਹੇ ਹੋ ਜਾਂਦੇ ਨੇ, ਉਹਨਾਂ ਲਈ ਕੀ ਹਦਾਇਤਾਂ ਨੇ ਤੁਹਾਡੇ ਵੱਲੋਂ? ਇਹ ਬਿਮਾਰੀ ਜਿਹੜੀ ਆ ਇਹ ਬਹੁਤ ਭਿਆਨਕ ਆ ਅਤੇ ਲੋਕ ਅਵੇਅਰ ਵੀ ਹੋ ਚੁੱਕੇ ਕਾਫੀ। ਅਸੀਂ ਅਨਾਊਂਸਮੈਂਟ ਵੀ ਕਰਦੇ ਹਾਂ ਵੀ ਤੁਸੀਂ ਜਿਹੜੀ ਆ ਆਪਣੇ ਆਪ ਨੂੰ ਆਪਣੇ ਘਰਾਂ ਦੇ ਅੰਦਰ ਬੰਦ ਰੱਖੋ, ਬਾਹਰ ਆਉਣ ਦੀ ਲੋੜ ਨਹੀਂ ਹੈ। ਜੇ ਕੋਈ ਐਮਰਜੈਂਸੀ ਆ ਫਿਰ ਹੀ ਬਾਹਰ ਆਓ ਅਤੇ ਉਹਨਾਂ ਦੀ ਜਿਹੜੀ ਸਮੱਸਿਆ ਉਹਦਾ ਹੱਲ ਕੀਤਾ ਜਾ ਸਕੇ। ਅਸੀਂ ਵਾਰ ਵਾਰ ਅਨਾਊਂਸਮੈਂਟ ਕਰਦੇ ਹਾਂ ਅਤੇ ਲੋਕਾਂ ਨੂੰ ਅਪੀਲ ਕਰਦੇ ਹਾਂ ਵੀ ਤੁਸੀਂ ਆਪਣੇ ਆਪ ਨੂੰ ਆਪਣੇ ਘਰਾਂ ਦੇ ਅੰਦਰ ਬੰਦ ਰੱਖੋ ਤਾਂ ਜੋ ਬਿਮਾਰੀ 'ਤੇ ਕਾਬੂ ਪਾਇਆ ਜਾ ਸਕੇ। ਸੋ ਇਹ ਸੀਗੇ SHO ਰਾਮਪਾਲ ਜੀ ਜਲੰਧਰ ਕੈਂਟ ਤੋਂ। ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਹੁਣੇ ਇੱਥੇ ਚਲਾਨ ਵੀ ਕੀਤੇ ਗਏ ਨੇ, ਪਰਚੇ ਵੀ ਕੱਟੇ ਗਏ ਨੇ ਅਤੇ ਕਾਫੀ ਲੋਕਾਂ ਨੂੰ ਰੋਕਿਆ ਵੀ ਜਾ ਰਿਹਾ, ਉਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਕਿ ਕੌਣ ਕਿੱਥੋਂ ਆਇਆ ਅਤੇ ਕਿੱਥੇ ਜਾ ਰਿਹਾ। ਅਤੇ ਜੇਕਰ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਦੀ ਲੋੜ ਹੈ, ਰਾਸ਼ਨ ਦੀ ਲੋੜ ਹੈ, ਕਿਸੇ ਵੀ ਚੀਜ਼ ਦੀ ਲੋੜ ਹੈ, ਪ੍ਰਸ਼ਾਸਨ ਜਿਹੜਾ ਆ ਉਹਨਾਂ ਨੂੰ ਘਰ ਜਾ ਕੇ ਮੁਹੱਈਆ ਕਰਾ ਰਿਹਾ ਹੈ।
ਕੈਮਰਾਮੈਨ ਜਤਿਨ ਦੇ ਨਾਲ ਮਨਰਾਜਦੀਪ ਚੱਠਾ ਦੀ ਰਿਪੋਰਟ ਜਲੰਧਰ ਕੈਂਟ ਤੋਂ। ਦੇਖਦੇ ਰਹੋ ਦੈਨਿਕ ਸਵੇਰਾ ਟੀਵੀ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ, ਮੌਲਵੀ, ਬੇਗਮ, ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ ਚ ਅਨਬਨ, ਵਿਦੇਸ਼ ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374 94 648, 84374 94 648।